ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਕੀ ਹਾਲ ਚਾਲ? ਸੋ ਅੱਜ ਆਪਾਂ ਫਿਰ ਤੋਂ ਨਵੇਂ ਵਲੋਗ ਦੀ ਜਿਹੜੀ ਆ ਸ਼ੁਰੂਆਤ ਕਰਤੀ ਆ, ਅਤੇ ਸ਼ੁਰੂਆਤ ਕੀਤੀ ਆਪਾਂ ਪਹਾੜਾਂ ਇਲਾਕੇ 'ਚ ਕੀਤੀ। ਵੈਸੇ ਮੇਰੇ ਪਿੱਛੇ ਪਹਾੜ ਆ। ਸੋ ਆਪਾਂ ਆਪਣੇ ਸ਼ਹਿਰ ਤੋਂ ਚੱਲੇ ਸੀ ਅਤੇ 200 ਕਿਲੋਮੀਟਰ ਚੱਲ ਕੇ ਆਪਾਂ ਇੱਕ ਢਾਬੇ 'ਤੇ ਪਹੁੰਚ ਗਏ ਹਾਂ। ਇਹ ਹੈਗਾ ਢਾਬਾ ਥੱਲੇ। ਸੋ ਇੱਥੋਂ ਆਪਾਂ ਰੋਟੀ ਖਾਂਦੇ ਹਾਂ ਅਤੇ ਸਵੇਰ ਦੇ ਚੱਲੇ ਸੀ, 200 ਕਿਲੋਮੀਟਰ ਪੈਣਾ ਕਰ ਲਿਆ। ਇੱਥੋਂ ਆਪਾਂ ਰੋਟੀ ਪਾਣੀ ਖਾ ਕੇ ਅਤੇ ਫਿਰ ਆਪਾਂ ਚੱਲਦੇ ਹਾਂ ਹੁਣ ਪਤਨੀਟਾਪ। ਫਿਰ ਪਤਨੀਟਾਪ ਵੇਖ ਕੇ ਫਿਰ ਉੱਥੋਂ ਆਪਾਂ ਤੁਹਾਡੇ ਨਾਲ ਆਪਾਂ ਜੋ ਵੀ ਆਊਗਾ ਰਸਤੇ 'ਚ ਉਹ ਐਕਸਪਲੋਰ ਪੂਰਾ ਕਰਾਂਗੇ। ਫਿਰ ਆਪਣਾ ਉੱਥੇ ਵਧੀਆ ਆਪਣੇ ਯਾਰ ਦੋਸਤ ਆਪਣਾ ਘਰ ਵੀ ਹੈਗਾ ਉੱਥੇ ਪਹਾੜਾਂ 'ਚ, ਉੱਥੇ ਆਪਾਂ ਰਿਹਾਇਸ਼ ਸ਼ੇਅਰ ਕਰਾਂਗੇ। ਸੋ ਤੁਹਾਨੂੰ ਵੀ ਖਾਵਾਂਗੇ ਰਿਹਾਇਸ਼ ਕਿੱਦਾਂ ਦੀ ਆ। ਅਤੇ ਹੁਣ ਆਪਾਂ ਖਾਂਦੇ ਪਹਿਲਾਂ ਰੋਟੀ, ਫਿਰ ਚੱਲਦੇ ਹਾਂ ਜੀ ਅੱਗੇ ਆਪਾਂ। ਹਾਂਜੀ, ਵੇਖ ਸਕਦੇ ਹੋ ਵੀ ਦੇਸੀ ਜਗਾੜ ਆ ਹੱਥ ਧੋਣ ਵਾਸਤੇ, ਅਤੇ ਇੱਕ ਡਰੰਮੀ ਆ ਨਾ, ਇਹਨੂੰ ਟੂਟੀ ਲੱਗ ਵਗੈਰਾ ਲੱਗੀ ਜਿੱਦਾਂ ਚਾਹ ਵਾਲੀ ਡਰੰਮੀ ਹੁੰਦੀ ਆ। ਬਾਕੀ ਤੁਸੀਂ ਵੇਖ ਸਕਦੇ ਹੋ ਵੀ ਬਾਹਰ ਦਾ ਜਿਹੜਾ ਵਿਊ ਆ ਬਹੁਤ ਸੋਹਣਾ ਵਿਊ ਆ ਪਹਾੜੀ ਇਲਾਕੇ, ਤੁਹਾਨੂੰ ਪਤਾ ਹੀ ਆ ਕਿਉਂਕਿ ਪਹਾੜਾਂ ਦਾ ਵਿਊ ਜਿਹੜਾ ਵੈਸੇ ਬਹੁਤ ਸੋਹਣਾ ਹੁੰਦਾ। ਅਤੇ ਇੱਧਰ ਆਪਣਾ ਹੈਗਾ ਢਾਬਾ, ਅਤੇ ਇੱਥੋਂ ਹੁਣ ਆਪਾਂ ਰੋਟੀ ਪਾਣੀ ਖਾਂਦੇ ਹਾਂ ਅਤੇ ਫਿਰ ਚੱਲਦੇ ਹਾਂ ਅੱਗੇ। ਆਹ ਆਪਣੇ ਹੈਗੇ ਆ ਨਾਲ ਨਿਹੰਗ ਸਿੰਘ, ਸੋ ਇਹਨਾਂ ਘਰ ਆਪਾਂ ਰੁਕਾਂਗੇ ਪਹਾੜਾਂ ਦੇ ਵਿੱਚ। ਦੋ ਬਾਬੇ ਰੋਟੀ ਪਾਣੀ ਖਾ ਗਏ ਅਤੇ ਆਪਾਂ ਪਾ ਕੇ ਹੁਣ ਚੱਲੇ। ਲੋ ਜੀ ਬਾਬਿਓ, ਫਾਈਨਲੀ ਆਪਾਂ ਪਤਨੀਟਾਪ ਪਹੁੰਚ ਗਏ ਹਾਂ। ਅਤੇ ਪਿੱਛੇ ਮੇਰੇ ਗੇਟ ਲੱਗਾ ਆ ਪਤਨੀਟਾਪ ਦਾ, ਅਤੇ ਇੱਥੇ ਤੁਹਾਨੂੰ ਮੈਂ ਵਧੀਆ ਲੋਕੇਸ਼ਨ ਵਿਖਾਉਂਦਾ। ਹੋਰ ਹੁਣ ਆਪਾਂ ਜਾਣਾ ਉੱਪਰ, ਉੱਤੇ ਪਾਰਕਾਂ ਬਣੀਆਂ, ਬਹੁਤ ਬਹੁਤ ਸੋਹਣੀਆਂ ਪਾਰਕਾਂ ਬਣੀਆਂ ਨੇ। ਸੋ ਤੁਹਾਨੂੰ ਆਪਾਂ ਕੱਲੀ ਕੱਲੀ ਜਿਹੜੀ ਗੱਲ ਇੱਥੋਂ ਦੀ ਐਕਸਪਲੋਰ ਕਰਾਂਗੇ। ਅਤੇ ਪਿੱਛੇ ਮੇਰੇ ਹੈਗੀ ਆ ਖੱਡ, ਇੱਧਰ ਆਪਣਾ ਆ ਰਿਹਾ ਟਰੱਕ, ਕਿਉਂਕਿ ਟਰੱਕ ਇੱਥੇ ਬਹੁਤ ਆਉਂਦੇ ਆ, ਆਉਂਦੇ ਜਾਣੇ ਆਉਂਦੇ ਟਰੱਕ ਉਹੀ ਨੇ ਜਿਹੜੇ ਪੈਟਰੋਲ ਵਾਲੇ ਆ ਖਾਸ ਕਰਕੇ। ਪਿੱਛੇ ਤੁਸੀਂ ਮੇਰੇ ਖੱਡ ਵੇਖ ਸਕਦੇ ਹੋ, ਬਹੁਤ ਥੱਲੇ ਖੱਡ ਆ, ਇਹ ਵੱਡੀਆਂ ਖੱਡਾਂ ਨੇ ਇੱਥੇ। ਅਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਪਾਰਕ 'ਚ। ਇਹ ਜਿੰਨੇ ਵੀ ਦਰਖਤ ਲੱਗੇ ਹੋਏ, ਇਹ ਲੱਗੇ ਹੋਏ ਆ ਕਿੱਕਰ ਦੇ ਦਰਖਤ ਆ। ਅਤੇ ਮੈਂ ਤੁਹਾਨੂੰ ਕੱਲ੍ਹ ਨੂੰ ਆਪਾਂ ਸ਼ਾਇਦ ਅਗਲੇ ਵਲੋਗ 'ਚ ਉਹ ਆਏਗੀ, ਜਿਹਦੇ 'ਚ ਤੁਹਾਨੂੰ ਅਨਾਰ ਦੇ ਜਿਹੜੇ ਅਨਾਰ ਦਾਣਾ ਦੇ ਬੂਟੇ ਆ ਨਾ, ਫਿਰ ਗੱਬੂ ਗੁੱਛ ਹੋ ਗਿਆ ਅਖਰੋਟ ਦੇ, ਉਹ ਆਪਾਂ ਤੁਹਾਨੂੰ ਸਾਰੇ ਵਿਖਾਵਾਂਗੇ ਇੱਥੇ, ਕਿਉਂਕਿ ਇੱਥੋਂ ਦਾ ਜਿਹੜਾ ਬਾਕੀ ਵਿਊ ਘੈਂਟ ਆ। ਅਤੇ ਉੱਪਰ ਚੱਲੇ ਹਾਂ ਪਾਰਕ ਦੇ ਵਿੱਚ। ਸੋ ਹੁਣ ਆਪਾਂ ਚੱਲਦੇ ਉੱਪਰ ਅਤੇ ਤੁਹਾਨੂੰ ਦਰਸ਼ਨ ਕਰਾਈਏ ਵੀ ਇੱਥੇ ਕਿੰਨੀ ਕਿੰਨੀ ਸੋਹਣੀਆਂ ਪਾਰਕਾਂ ਨੇ। ਪਤਨੀਟਾਪ ਇੱਧਰ ਬਹੁਤ ਜਿਹੜੇ ਘੱਟ ਵਲੋਗਰ ਆਉਂਦੇ ਆ ਆਹ ਸਾਈਡ 'ਤੇ ਨਾ, ਜਿੱਦਾਂ ਪਟੋਤ ਹੋ ਗਿਆ, ਫਿਰ ਭੱਦਰਵਾਹ ਜਿਹੜੀ ਜਗ੍ਹਾ ਵੇਖਣ ਵਾਲੀਆਂ ਨੇ। ਬਰਫ਼ ਬਹੁਤ ਪੈਂਦੀ ਹੈ ਪਰ ਹਾਲੇ ਪਈ ਨਹੀਂ ਆ, ਸ਼ਾਇਦ ਨੈਕਸਟ ਮੰਥ ਪੈ ਰਹੀ ਹੈ ਬਰਫ਼। ਸੋ ਬਾਬੇ ਤੁਹਾਨੂੰ ਵਿਖਾਲਦੇ ਹਾਂ ਆਪਾਂ ਜਿਹੜੀਆਂ ਟੈਂਕੀਆਂ ਨੇ ਪਹਾੜਾਂ ਇਲਾਕਿਆਂ 'ਚ, ਅਤੇ ਬਾਕੀ ਤੁਹਾਨੂੰ ਝਰਨ ਵੀ ਵਿਖਾਵਾਂਗੇ ਇੱਥੋਂ ਦੇ। ਪਿੱਛੇ ਟੂੜੀਆਂ ਲੱਗੀਆਂ ਆ ਅਤੇ ਇਸ ਸਮੇਂ ਅੱਜ ਵੀ ਟੈਂਕੀਆਂ ਇੱਥੇ ਜਿਹੜੀਆਂ ਇਹ ਬਣੀਆਂ ਨੇ, ਅਤੇ ਇੱਥੋਂ ਲੋਕ ਪਾਣੀ ਪੀਂਦੇ ਨੇ। ਪਤਨੀਟਾਪ ਕੀਤੀ ਆਪਾਂ ਐਂਟਰੀ, ਅਤੇ ਜਿਹੜੀ ਆ ਪਰਚੀ ਕੱਟਦੇ ਆ 20 ਰੁਪਏ ਦੀ, ਉਹ ਤੁਸੀਂ ਕਟਾ ਕੇ ਉੱਪਰ ਜ਼ਰੂਰ ਜਾਇਓ, ਕਿਉਂਕਿ 3 ਗੇਟ ਨੇ ਇਹਦੇ ਇਹ ਲੋਕੇਸ਼ਨ ਦੇ। ਇਹ ਤੁਹਾਨੂੰ ਜਦੋਂ ਤੁਸੀਂ ਬਾਹਰ ਜਾਣਾ ਆ ਤਾਂ ਇਹ ਪਰਚੀ ਜ਼ਰੂਰ ਵੇਖਣੀ ਆ, ਵੀ ਤੁਹਾਨੂੰ ਕੱਲ੍ਹ ਨੂੰ ਕੋਈ ਪ੍ਰੋਬਲਮ ਨਾ ਆਵੇ, ਅਤੇ ਤੁਸੀਂ ਜਿੱਥੇ ਜਾਓਗੇ ਤਾਂ ਪਰਚੀ ਕਟਾ ਕੇ ਉੱਪਰ ਆਉਣਾ ਆ ਲੋਕੇਸ਼ਨ 'ਤੇ।
ਲੋ ਬਾਬਿਓ ਆਪਾਂ ਮੇਨ ਲੋਕੇਸ਼ਨ ਤੇ ਪਹੁੰਚ ਗਏ ਹਾਂ ਤੇ ਤੁਸੀਂ ਘੋੜੇ ਦੇਖ ਸਕਦੇ ਹੋ ਜਿਹੜੇ ਆ ਲੋਕ ਆਉਂਦੇ ਨੇ ਇਹਨਾਂ ਤੇ ਸਵਾਰੀ ਕਰਦੇ ਆ ਪਰ ਇਹਦਾ ਰੇਟ ਜਿਹੜਾ ਆ ਬਹੁਤ ਹਾਈ ਹੋ ਸਕਦਾ ਆ ਕਿਉਂਕਿ ਆਪਾਂ ਪੁੱਛਣਾ ਨਹੀਂ ਆ ਪੁੱਛਣ ਦੀਆਂ ਲੋੜ ਨਹੀਂ ਆ ਕਿਉਂਕਿ ਸਾਡੇ ਕੋਲ ਆਪਣਾ ਘੋੜਾ ਹੈਗਾ ਉਹ ਜੀ ਪਹਿਲਾਂ ਸੇਕਦੇ ਥੋੜ੍ਹੀ ਜਿਹੀ ਅੱਗ ਸੇਕਦੇ ਹਾਂ ਅੱਗ ਸੇਕ ਕੇ ਚੱਲਦੇ ਹਾਂ ਉੱਪਰ ਕਿਉਂਕਿ ਇੱਥੇ ਠੰਡ ਬਹੁਤ ਜ਼ਿਆਦਾ ਆ ਅਤੇ ਫਿਰ ਵੀ ਧੁੱਪ ਹੈਗੀ ਆ ਪਰ ਠੰਡ ਬਹੁਤ ਜ਼ਿਆਦਾ ਇੱਥੇ ਲੋ ਬਾਬੇ ਪਹੁੰਚ ਗਏ ਹਾਂ ਆਪਾਂ ਪਾਰਕ ਦੇ ਵਿੱਚ ਇੱਥੇ ਮੈਂ ਘੱਟੋ ਘੱਟ ਵੀ 10 ਸਾਲ ਪਹਿਲਾਂ ਆਇਆ ਸੀ ਇਹ ਪਾਰਕ ਦੇ ਵਿੱਚ ਪਤਨੀਟੋਪ ਵੀ ਪਾਰਕ ਉੱਦਾਂ ਇੱਥੇ ਘੁੰਮੇ ਬਹੁਤ ਆਪਾਂ ਨਵੀਂ ਨਵੀਂ ਲੋਕੇਸ਼ਨਾਂ ਵੇਖੀਆਂ ਨੇ ਅਤੇ ਤੁਹਾਨੂੰ ਮੈਂ ਦੱਸ ਦਿੰਦਾ ਵੀ ਇੱਥੇ ਠੰਡ ਬਹੁਤ ਜ਼ਿਆਦਾ ਆ ਠਾਰ ਪੂਰੀ ਚੜ੍ਹਦੀ ਪਈ ਆ ਹਾਲੇ ਧੁੱਪ ਲੱਗੀ ਆ ਅਤੇ ਆਪਣੇ ਨਿਹੰਗ ਸਿੰਘ ਪਿੱਛੇ ਜਿਹੜੇ ਅੱਗ ਸੇਕਦੇ ਪਏ ਆ ਅਤੇ ਇੱਧਰ ਹੁਣ ਆਪਾਂ ਚੱਲਦੇ ਹਾਂ ਉੱਪਰ ਉਹ ਜੀ ਬੱਚਿਆਂ ਲਈ ਬਣਿਆ ਆ ਬਸ ਇਹ ਜਿੱਦਾਂ ਬੋਟਿੰਗ ਕਰਦੇ ਆ ਨਾ ਬੀਚ ਕਹਿੰਦੇ ਆਪਾਂ ਇੱਧਰ ਪਰ ਇੱਧਰ ਛੋਟੀ ਜਿਹੀ ਬਣਾਈ ਇਹਨਾਂ ਨੇ ਵਧੀਆ ਜੀ ਬੱਚਿਆਂ ਵਾਸਤੇ ਬਾਕੀ ਤੁਸੀਂ ਇੱਥੇ ਟੋਪੀਆਂ ਵਗੈਰਾ ਖਰੀਦ ਸਕਦੇ ਹੋ ਕੱਪੜੇ ਖਰੀਦ ਸਕਦੇ ਹੋ ਅਤੇ ਇੱਧਰ ਆਪਣੇ ਨਿਹੰਗ ਸਿੰਘ ਆ ਰਹੇ ਉੱਪਰ ਵੈਲਕਮ ਟੂ ਹੋਰਸ ਯੂਨੀਅਨ ਪਤਨੀਟੋਪ ਅਤੇ ਇੱਥੇ ਬਹੁਤ ਬਹੁਤ ਸੋਹਣੇ ਘਰ ਬਣੇ ਆ ਅਤੇ ਵੇਚਦੇ ਹਰੇ ਰੰਗ ਦੇ ਠੰਡ ਮੇ ਮਜ਼ਾ ਸਹੀ ਗੱਲ ਸਹੀ ਗੱਲ ਸਹੀ ਗੱਲ ਕੁਲਫੀ ਬਣ ਜੂ ਸਹੀ ਗੱਲ ਇੱਥੇ ਕੁਲਫੀ ਬਣਦੀ ਆ ਠੰਡ ਬਹੁਤ ਜ਼ਿਆਦਾ ਕਹਿ ਸਕਦੇ ਆ ਹਾਲੇ ਦਸੰਬਰ ਮਹੀਨਾ ਸ਼ੁਰੂ ਹੋਇਆ ਤੇ ਠੰਡ ਬਹੁਤ ਜ਼ਿਆਦਾ ਤੇ ਲੋਕ ਘੁੰਮਣ ਆ ਰਹੇ ਆ ਕਿਉਂਕਿ ਕਈ ਲੋਕ ਸਾਡੇ ਵਰਗੇ ਵਿਹਲੇ ਲੋਕ ਹੈਗੇ ਆ ਘੁੰਮਣ ਵਾਸਤੇ ਲੋ ਬਾਬੇ ਉਹ ਵੀ ਬਹੁਤ ਲੋਕ ਘੁੰਮਣ ਆ ਰਹੇ ਆ ਇੱਥੇ ਤੇ ਸਾਡੇ ਲੋਕ ਸਾਡੇ ਵਰਗੇ ਲੋਕ ਵਿਹਲੇ ਹੈਗੇ ਘੁੰਮਣ ਵਾਸਤੇ ਤੇ ਜਿੱਦਾਂ ਆਪਾਂ ਘੁੰਮ ਰਹੇ ਹਾਂ ਠੰਡ ਦੇ ਵਿੱਚ ਟਾਈਮ ਇਸ ਟਾਈਮ ਹੋ ਗਿਆ 5 ਵੱਜ ਗਏ ਆ ਅਤੇ ਹੌਲੀ ਹੌਲੀ ਹਨੇਰਾ ਹੋਣਾ ਸ਼ੁਰੂ ਹੋ ਜਾਣਾ ਆ ਇੱਥੋਂ ਆਪਣਾ ਘਰ ਕਿੰਨਾ ਕਿਲੋਮੀਟਰ ਆ 20 ਕਿਲੋਮੀਟਰ ਆਪਣਾ ਇੱਥੋਂ ਘਰ ਆ ਪਹਾੜਾਂ 'ਚ ਉਹ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਸਵੇਰੇ ਅਤੇ ਇਸ ਟਾਈਮ ਆਪਾਂ ਤੁਹਾਨੂੰ ਇੱਥੋਂ ਦੀਆਂ ਜਿਹੜੀਆਂ ਵਧੀਆ ਵਧੀਆ ਵਿਊ ਵਿਖਾ ਦਿੰਦੇ ਹਾਂ ਫਿਰ ਆਪਾਂ ਇੱਥੋਂ ਚੱਲਾਂਗੇ ਘਰ ਨੂੰ ਬਾਅਦ 'ਚ ਤੁਹਾਨੂੰ ਮਿਲਾਂਗੇ ਸਵੇਰੇ ਨਵੇਂ ਵਲੋਗ ਦੇ ਵਿੱਚ ਲੋ ਬਾਬੇ ਤੁਸੀਂ ਬੈਕਗਰਾਊਂਡ ਦਾ ਵਿਊ ਵੇਖ ਸਕਦੇ ਹੋ ਬਹੁਤ ਬਹੁਤ ਸੋਹਣੇ ਅਤੇ ਹੈਗੇ ਸਾਰੇ ਸਰਕਾਰੀ ਨੇ ਪ੍ਰਾਈਵੇਟ ਕੋਈ ਨਹੀਂ ਆ ਪਰ ਇਹ ਚੱਲਦੇ ਕਿਰਾਏ 'ਤੇ ਆ ਇੱਥੇ ਕੁੱਤੇ ਬਹੁਤ ਨੇ ਭਾਅ ਜੀ ਤੁਹਾਨੂੰ ਦੱਸ ਦਿੰਦਾ ਮੈਂ ਥੱਲੇ ਤੁਹਾਨੂੰ ਆਉਂਦਿਆਂ ਕੁੱਤੇ ਲੱਭੇ ਇਕੱਠੇ 15-15 ਕੁੱਤੇ ਬਾਕੀ ਬੱਚਿਆਂ ਵਾਸਤੇ ਬਣੇ ਆ ਪੁੰਗੜੇ ਵਗੈਰਾ ਅਤੇ ਲੋਕ ਇਸ ਟਾਈਮ ਇੱਥੇ ਸੈਰਾਂ ਕਰ ਰਹੇ ਆ ਦੂਰੋਂ ਦੂਰੋਂ ਆ ਕੇ ਤੁਸੀਂ ਵੇਖ ਸਕਦੇ ਹੋ ਵੀ ਬੱਚੇ ਇੱਥੇ ਬਹੁਤ ਖੇਡ ਰਹੇ ਆ ਆਪੋ 'ਚ ਜਿੱਦਾਂ ਕਹਿੰਦੇ ਨੇ ਛੂਛ ਪਾਈ ਉਹ ਖੇਡਦੇ ਪਏ ਆ ਤਾਂ ਬਹੁਤ ਰੌਲਾ ਪੈ ਰਿਹਾ ਅਤੇ ਕੁਝ ਬੱਚੇ 'ਚ ਜਿਹੜੇ ਆ ਬੈਟ ਬੋਲ ਖੇਡਦੇ ਪਏ ਆ ਕੁਝ ਬੱਚੇ ਇੱਥੇ ਛੂਛ ਪਾਈ ਬੱਚੇ ਖੇਡਦੇ ਪਏ ਆ ਬਾਕੀ ਆਹ ਇੱਕ ਬਹੁਤ ਸੋਹਣੀ ਜਿਹੜੀ ਆ ਇੱਥੋਂ ਤਾਰ 'ਤੇ ਲਮਕ ਕੇ ਆਉਂਦੇ ਨਹੀਂ ਇੱਥੋਂ ਤੁਹਾਨੂੰ ਵਿਖਾਉਂਦਾ ਜੇ ਕੋਈ ਆਇਆ ਇੱਥੋਂ ਲਮਕ ਨਾਲ ਹੀ ਝੜਕਾ ਦਿੰਦੇ ਇੱਥੇ ਬੰਦੇ ਨੂੰ ਨਾਲ ਹੀ ਉਹਦੇ ਉੱਤੇ ਵੀ ਉੱਥੋਂ ਨਾ ਆਓ ਉਹ ਚੀਜ਼ ਆ ਦੂਰ ਨਹੀਂ ਆ ਇੱਥੋਂ ਲੈ ਕੇ ਅਤੇ ਇਹ ਆਉਂਦੇ ਆ ਤਾਰ 'ਤੇ ਲਮਕ ਕੇ ਇੱਥੇ ਜਾਣੀ ਕਿ ਮੇਰੇ ਹਿਸਾਬ ਨਾਲ ਸਾਰਾ 500 ਮੀਟਰ ਹੋਊਗਾ ਮੇਰੇ ਹਿਸਾਬ ਨਾਲ ਹੈ ਨਾ ਅਤੇ 500 ਰੁਪਇਆ ਲੈਣ ਦੇ ਯਾਰ ਇੰਨਾ ਇੰਨੇ ਜ਼ਿਆਦਾ ਇੱਥੇ ਮਹਿੰਗਾਈ ਬਹੁਤ ਆ ਦੱਸਦਾ ਵੀ ਇੱਥੇ ਪਤਨੀਟੋਪ ਦੇ ਵਿੱਚ ਜਿਹੜੀ ਆ ਮਹਿੰਗਾਈ ਬਹੁਤ ਜ਼ਿਆਦਾ ਆ ਇੱਥੇ ਮਤਲਬ ਜਿਹੜੀ ਛੋਟੀ ਤੁਸੀਂ ਮੰਨ ਲਓ ਮੈਗੀ ਵੀ ਖਾਂਦੇ ਹੋ ਨਾ ਅਤੇ ਮੈਗੀ ਦੀ ਪਲੇਟ ਵੀ ਮੇਰੇ ਹਿਸਾਬ ਨਾਲ ਇੱਥੋਂ ਮਤਲਬ 70-80 ਰੁਪਏ ਦੀ ਪਲੇਟ ਆ ਛੋਟੀ ਜਿਹੀ ਕੋਲੀ ਜੀ ਹੈ ਨਾ ਬਹੁਤ ਜ਼ਿਆਦਾ ਇੱਥੇ ਮਹਿੰਗਾਈ ਆ ਔਰ ਮੈਂ ਕਹਿੰਦਾ ਨਿਗਾਹ ਜਿਹਾ ਹੂਟਾ ਜਿਹਾ ਬਸ ਲਮਕ ਕੇ ਆਉਣਾ ਹੀ ਹੂੰ ਪੇੜ ਕੁਝ ਖਾਣ ਨੂੰ ਦੇ ਅੰਡੇ ਨਾਲ ਅਤੇ 500 ਰੁਪਏ ਲੈ ਲੈਂਦੇ ਆ ਮੈਂ ਕਹਿੰਦਾ ਬਹੁਤ ਜ਼ਿਆਦਾ ਰੇਟ ਆ ਭਾਈ ਇੱਥੇ ਬਾਕੀ ਹਾਂ ਵੀ ਵਿਊ ਸੋਹਣਾ ਇੱਥੋਂ ਦਾ ਹੋਟਲ ਵਗੈਰਾ ਵਧੀਆ ਨੇ
ਕਿ ਮੈਂ ਜਦੋਂ ਪਿਛਲੀ ਵਾਰੀ ਆਇਆ ਸੀ ਉਹ ਮੇਰੇ ਇੱਕ ਸਾਹਮਣੇ ਹੋਟਲ ਆ ਨਾ, ਅਤੇ ਇਸ ਹੋਟਲ ਦੇ ਵਿੱਚ ਮੈਂ 3 ਦਿਨ ਰਿਹਾ ਸੀ ਅੱਜ ਤੋਂ 8 ਸਾਲ ਪਹਿਲਾਂ, ਮੇਰੇ ਸਾਹ 10 ਸਾਲ ਪਹਿਲਾਂ ਲਾ ਲਓ। ਅਤੇ ਬਾਕੀ ਸੋਹਣਾ ਵਿਊ ਉੱਥੋਂ ਦਾ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ, ਕੁਝ ਹੋਰ ਵਧੀਆ ਚੀਜ਼ਾਂ ਵੇਖਦੇ ਹਾਂ ਨਾਲ ਨਾਲ। ਇੱਕ ਉਹ ਗੋਲ ਗੱਪੇ ਭਰਾਵਾ ਵੀਰੇ, ਠੰਡ ਥੋੜ੍ਹੀ ਅੱਗੇ ਗੋਲ ਗੱਪੇ ਖਾ ਲਈ ਹੁਣ। ਉਹ ਇੱਕ ਗੁਬਾਰਾ ਜਿਹਾ ਪਿਆ ਨਾ ਇੱਥੇ, ਇਹ ਹੈਗਾ 3 ਲੱਖ ਰੁਪਏ ਦਾ ਗੁਬਾਰਾ ਆ, ਅਤੇ ਜਿਹ 'ਚ ਬੰਦੇ ਨੇ ਪਾ ਕੇ ਤਾਂ ਘੁਮਾਈ ਜਾਂਦੇ ਆ। ਲਓ ਬਾਬੇ, ਆਪਾਂ ਗੁਬਾਰੇ ਦੇ ਲਾਗੇ ਪਹੁੰਚ ਗਏ ਹਾਂ, ਤਾਂ ਪੁੱਛਦੇ ਆ ਵੀ ਇੱਥੋਂ ਦਾ ਕੀ ਹਿਸਾਬ ਕਿਤਾਬ ਆ ਅਤੇ ਕਿੰਨਾ ਲੈਂਦੇ ਆ। ਆਪਾਂ ਪਤਾ ਨਹੀਂ ਜਾਂਦੇ ਕਿਉਂਕਿ ਕਿਤੇ ਸਾਡੇ ਪਰ ਨਹੀਂ ਖੁੱਲ ਸਕਦੇ ਵਿੱਚ। ਬੜੇ ਕਿਆ ਪ੍ਰਾਈਸ ਇਸਕਾ? ਹੈਂ 2 ਘੰਟੇ 300? 2 ਬੰਦੇ 300। ਕਿਤਨਾ ਟਾਈਮ? ਇੱਕ ਰਾਈਡ ਹੋਤੀ ਹੈ ਯਹਾਂ ਤੱਕ। ਉਹ ਅਗੇ ਦਾ 3 ਰਾਈਡ ਹੋਤੀ ਹੈ ਉਹਾਂ ਤੱਕ ਗੁਮਾਨਾ ਹੈ। ਓਕੇ ਜੀ, ਤੁਸੀਂ ਵੇਖ ਸਕਦੇ ਹੋ ਜੀ 300 ਰੁਪਈਆ 2 ਬੰਦਿਆਂ ਦਾ। ਅਤੇ ਇਹਦੇ ਵਿੱਚ ਬੰਦੇ ਬੰਨ ਕੇ, ਬੰਦੇ ਬੈਲਟ ਲਾ ਕੇ ਅਤੇ ਘੁਮਾਉਂਦੇ ਆ ਉਹ ਲਾਸ਼ ਤੱਕ। ਅਤੇ ਇਹ ਗੁਬਾਰਾ ਤੁਸੀਂ ਵੇਖ ਸਕਦੇ ਹੋ, ਬਹੁਤ ਵੱਡਾ ਗੁਬਾਰਾ ਹੈ। ਅਤੇ ਜਦੋਂ ਮੈਂ ਪਿਛਲੀ ਵਾਰੀ ਆਇਆ ਤਾਂ ਮੈਂ ਉਦੋਂ ਰੇਟ ਦਾ ਪੁੱਛਿਆ ਸੀ, 3 ਲੱਖ ਰੁਪਏ ਦਾ ਕਹਿੰਦੇ। ਅੱਜ ਤੱਕ ਉਹੀ ਚੱਲਦਾ ਪਿਆ ਹੈ, ਸ਼ਾਇਦ ਨਵਾਂ ਵੀ ਲੈ ਲਿਆ, ਪਤਾ ਕੋਈ ਨਹੀਂ ਹੈ। ਬਾਕੀ ਤੁਸੀਂ ਆਪੇ ਹਿਸਾਬ ਲਾ ਲਿਓ। ਬਾਕੀ ਇੱਧਰ ਦਾ ਤੁਸੀਂ ਵਿਊ ਵੇਖ ਸਕਦੇ ਹੋ, ਬਹੁਤ ਸੋਹਣੀ ਹੈ। ਦਰਖਤ ਲੱਗੇ ਆ ਘੈਂਟ ਘੈਂਟ ਪੂਰੇ। ਜ਼ਿਆਦਾ ਕਾਰੋਬਾਰ ਨਾ ਇਹੀ ਲੋਕ ਕਰਦੇ ਆ ਨਾ, ਜਿੱਦਾਂ ਇਹਨਾਂ ਨੇ ਪੰਗੂੜੇ ਰੱਖ ਲਏ ਦਿੰਦੇ ਘੂੜੇ ਦੇਣ ਵਾਸਤੇ, ਫਿਰ ਘੋੜਿਆਂ 'ਤੇ ਜਿਹੜਾ ਮਤਲਬ ਕਰਾਉਂਦੇ ਆ, ਰਾਈਡਿੰਗ ਕਰਾਉਂਦੇ ਆ ਨਾ, ਜਿਹੜਾ ਬੰਦਾ ਤੁਰਦਾ ਨਹੀਂ ਆ, ਬਜ਼ੁਰਗ ਹੋਏ ਉਹਨਾਂ ਲਈ ਇਹ ਮਤਲਬ ਰੱਖੇ ਗਏ। ਅਤੇ ਜਾਂ ਨਿੱਕੇ ਮੋਟੇ ਰੋਡ ਥੱਲੇ ਲੋਕਾਂ ਨੇ ਆਪਣੀਆਂ ਰੇਹੜੀਆਂ ਖੋਲੀਆਂ ਨੇ, ਇਹ ਇੱਥੋਂ ਦੇ ਕਾਰੋਬਾਰ ਹੈਗੇ ਆ। ਅਤੇ ਬਾਕੀ ਆ ਬਾਈ ਨਾਲ ਆਪਾਂ ਗੱਲ ਕਰਦੇ ਹਾਂ ਵੀ ਬਾਈ ਕਿੱਥੋਂ, ਬਾਈ ਕਿੱਥੋਂ ਤੁਸੀਂ? ਬਹੁਤ ਮਹਿੰਗਾ ਹੈ ਨਾ ਖਾਣਾ ਪੀਣਾ ਮਹਿੰਗਾ ਹੈ ਨਾ ਮਹਿੰਗਾ ਮਿਲਦਾ ਬਹੁਤ ਮਹਿੰਗਾ ਹੈ ਨਾ ਇੱਕ ਤਾਂ ਦੋ ਢਾਈ ਕਿਲੋਮੀਟਰ ਹਨਾ, ਇਤਨਾ ਲੈ ਰਿਹਾ ਆ ਤਾਂ ਫਿਰ ਵੀ ਮਤਲਬ ਪੈਦਲ ਚਲਤੇ 2-2.5 ਕਿਲੋਮੀਟਰ ਉਹ ਤਾਂ ਠੀਕ ਹੈ, ਇਤਨਾ ਜਾਇਜ਼ ਹੈ। ਤੂੰ ਇਤਨਾ 500 ਲੈ ਰਹੀ ਯਾਰ, 500 ਮੀਟਰ ਕਾ ਹੀ ਜੇ ਬਾਈ ਸਰ ਵੀ ਇਸਕਾ ਕਾਰੋਬਾਰ ਇਧਰ ਯਹੀ ਹੈ। ਠੀਕ ਹੈ, ਚਲੋ ਆਪਾਂ ਮਿਲਦੇ ਹਾਂ ਜੀ ਬਾਕੀ ਤੁਹਾਨੂੰ ਹੋਰ ਅੱਗੇ ਜਾ ਕੇ। ਚੱਲ ਸ਼ੇਰਾ, ਲੋ ਬਾਈ ਹਮਾਰਾ ਅੱਛਾ ਹੈ, ਹਮਾਰ ਕੋ ਹੂਟਾ ਦੇ ਰਹਾ ਹੈ ਵੋ। ਤੇ ਬਾਈ ਐਸਾ ਤੇ ਕੋਈ ਐਸਾ ਤੇ ਕਿਉਂ ਕਰ ਰਹੀ ਹੈ? ਬਹੁਤ ਬਹੁਤ ਧੰਨਵਾਦ, ਕੋਈ ਪੈਸੇ ਲਵਾਂਗੇ ਆਪਾਂ ਫ੍ਰੀ ਹੋਣਾ ਦੇਵਾਂਗੇ ਤੁਹਾਨੂੰ। ਬਾਬੇ ਬੰਦਾ ਬਹੁਤ ਵਧੀਆ, ਜਿੰਨਾ ਮੈਂ ਵੀਡੀਓ ਬਣਾਈ ਨਾ ਘੋੜੇ ਵਾਲੀ, ਇਹ ਕਹਿੰਦਾ ਬਾਈ ਆਪਸੇ ਹਮ 1 ਰੁਪਿਆ ਨਹੀਂ ਲੇਂਗੇ, ਆਪ ਬਹੁਤ ਅੱਛੇ ਇਨਸਾਨ ਹੋ। ਹਲੋ ਭਈਆ ਬੋਲ ਮੇਰਾ ਹੈ ਤੇ ਚਲੋ, ਹਮ ਅੱਛੇ ਇਨਸਾਨ ਤੋਂ ਨਹੀਂ ਹੈ, ਮੈਂ ਵੀ ਹਿੰਦੀ ਬੋਲ ਰਿਹਾ ਨਾ। ਉਹ ਪਤਾ ਵੀ ਮੈਂ ਵੀ ਬੰਦਾ ਘੈਂਟ ਯਾਰ, ਇਹ ਗੱਲ ਵੇਖੀ ਹੈ, ਕਹਿੰਦਾ ਭਾਈ ਤੁਹਾਨੂੰ ਆਪਾਂ ਫ੍ਰੀ ਹੋਣਾ ਦੇਵਾਂਗੇ, ਕੋਈ ਤੁਹਾਡੇ ਪੈਸੇ ਨਹੀਂ ਲਵਾਂਗੇ,
ਕਿਉਂਕਿ ਆਪ ਹਮਾਰੇ ਭਾਈ ਜੈਸੇ ਹੋ ਤੇ ਵਧੀਆ ਬੰਦਾ ਸੀ ਯਾਰ ਜਿਹਨੇ ਫ੍ਰੀ ਉਡਾ ਕਹਿੰਦਾ ਆਪਾਂ 250 ਰੁਪਏ ਲੈਂਦੇ ਹਾਂ ਤੇ ਬੰਦੇ ਨੇ ਆਪਣੇ ਘੋੜੇ ਦੀ ਫੋਟੋ ਲਵਾਈ ਆਪ ਕਿਹਾ ਉਹਨੇ ਵੀ ਮੇਰੇ ਘੋੜੇ ਤੇ ਬੈਠੋ ਤੇ ਚਲਾਓ ਵੀ ਥੋੜਾ ਸਾ ਚਲਾਓ ਕਿਆ ਬਾਤ ਆ ਯਾਰ ਵੀ ਏਦਾਂ ਦੇ ਬੰਦੇ ਇੱਥੇ ਵੀ ਹੈਗੇ ਨੇ ਯਾਰ ਯਾਰ ਨਹੀਂ ਤੁਹਾਨੂੰ ਪਤਾ ਵੀ ਇੱਥੇ ਬੰਦਾ ਕੋਈ ਫ੍ਰੀ ਨਹੀਂ ਬਿਠਾ ਕਰਾ ਜੀ ਮਹਾਰਾਜ ਕਿਉਂਕਿ ਇਹਨਾਂ ਦਾ ਬਿਜ਼ਨਸ ਹੈ ਇਹ ਕੰਮ ਦਾ ਇਹਨਾਂ ਨੇ ਆਪਣਾ ਬਿਜ਼ਨਸ ਰੱਖਿਆ ਵੀ ਆਪਾਂ ਘੋੜੇ ਚਲਾਉਣੇ ਇਹਤੋਂ ਪੈਸੇ ਕਮਾਉਣੇ ਆ ਤੇ ਕਹਿੰਦਾ ਮੇਰਾ ਦਿਨ ਦਾ ਜਿਹੜਾ ਮਤਲਬ 1000-1200 ਮੇਰਾ ਬਣ ਜਾਂਦਾ ਦਿਨ ਦਾ ਇੱਕ ਦਿਨ ਦਾ ਸ਼ਾਇਦ ਹਾਂ ਠੀਕ ਆ ਫਿਰ ਵੀ ਵਧੀਆ ਕਮਾਈ ਕਰ ਰਿਹਾ ਹਨਾ ਘੋੜੇ ਤੋਂ ਇੰਨੇ ਕਮਾ ਲੈਂਦੇ ਆ ਤੇ ਕਹਿੰਦਾ ਮੇਰਾ ਪਰਿਵਾਰ ਵਧੀਆ ਚੱਲਦਾ ਪਿਆ ਤੇ ਚਲੋ ਬਹੁਤ ਵਧੀਆ ਲੱਗਾ ਉਹਦੇ ਨਾਲ ਮਿਲ ਕੇ ਮੈਨੂੰ ਠੀਕ ਆ ਬਾਕੀ ਮੈਂ ਜਦੋਂ ਇਹ ਜਿਹੜੇ ਭੰਗੂੜੇ ਹੂੜੇ ਤਾਂ ਨਹੀਂ ਲੈ ਰਿਹਾ ਕਿਉਂਕਿ ਪਰਨੇ ਵਗੈਰਾ ਖੁੱਲ ਜਾਂਦੇ ਆ ਜਿਹੜੀ ਉਹ ਤਾਰ ਵਾਲੀ ਇੱਕ ਉਹ ਤੇ ਵੀ ਇੱਦਾਂ ਹੀ ਆ ਉਹ ਵੀ ਤੇਜ਼ ਝਟਕਾ ਮਾਰਦੀ ਨਾ ਤੇ ਉਦੋਂ ਵੀ ਪਰ ਆਪਣੀ ਪਰਨਾ ਖੁੰਨ ਡਰ ਰਹਿੰਦਾ ਸੋ ਹੁਣ ਇੱਥੋਂ ਆਪਾਂ ਚੱਲਦੇ ਹਾਂ ਆਪਣੇ ਘਰਾਂ ਨੂੰ ਅਤੇ ਜੇ ਬਾਕੀ ਵਲੋਗ ਤੁਹਾਨੂੰ ਵਧੀਆ ਲੱਗਾ ਤਾਂ ਗਾਂ ਸ਼ੇਅਰ ਜ਼ਰੂਰ ਕਰਿਓ ਅਤੇ ਨੈਕਸਟ ਵਲੋਗ ਆਪਣਾ ਆਊਗਾ ਵਧੀਆ ਜਿਹੜਾ ਤੁਹਾਨੂੰ ਮੈਂ ਅਲੱਗ ਅਲੱਗ ਤਰ੍ਹਾਂ ਦੇ ਬੂਟੇ ਵਗੈਰਾ ਵਿਖਾਵਾਂਗਾ ਉੱਥੇ ਉਹ ਆਪਣੇ ਘਰ ਦੇ ਵਿੱਚ ਹੀ ਆ ਆਪਣਾ ਜਿਹੜਾ ਨਿਆਂ ਕਿਸਾਨ ਵਾਲਾ ਹੋਏ ਆ ਇਹਨਾਂ ਦੇ ਘਰਾਂ 'ਚ ਬੂਟੇ ਲੱਗੇ ਆ ਖਰੋੜ ਦੇ ਨਾਖਾਂ ਦੇ ਫਿਰ ਅਨਾਰ ਦਾਣੇ ਦੇ ਸੋ ਬਾਕੀ ਤੁਹਾਨੂੰ ਮਿਲਦੇ ਹਾਂ ਜੀ ਅਗਲੇ ਵਲੋਗ ਦੇ ਵਿੱਚ ਬਾਏ ਬਾਏ।